ਨਕੋਦਰ ਬੇਅਦਬੀ ਕਾਂਡ ਦੇ ਪੀੜਤ 34 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਨੇ। ਸੂਬਾ ਸਰਕਾਰ ਨੇ ਤਾਂ ਇਸ ਮੁੱਦੇ ਤੇ ਪੰਜਾਬ ਵਿਧਾਨ ਸਭਾ ਵਿੱਚ ਕੋਈ ਚਰਚਾ ਨਹੀਂ ਕਰਵਾਈ, ਪਰ ਇਸ ਦੀ ਗੂੰਜ UNO ਵਿੱਚ ਪੈ ਗਈ ਹੈ। ਪਾਕਿਸਤਾਨ ਦੇ ਰਹਿਣ ਵਾਲੇ ਡਾਕਟਰ ਇਕਤਿਦਾਰ ਰਾਮਤ ਚੀਮਾ ਨੇ UNO ਦੀ 43ਵੀਂ ਮਨੁੱਖੀ ਅਧਿਕਾਰ ਕੌਂਸਲ ਦੇ ਵਿਸ਼ੇਸ਼ ਸੈਸ਼ਨ ਦੌਰਾਨ ਜਨੇਵਾ ਵਿੱਚ ਹਿੱਸਾ ਲੈਂਦਿਆਂ ਨਕੋਦਰ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਪੰਜਾਬ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਨਾਲ ਮਾਰੇ ਗਏ 4 ਸਿੱਖ ਨੌਜਵਾਨਾਂ ਦੀ ਗੱਲ ਨੂੰ ਬਾਖੂਬੀ ਡਾਕਟਰ ਚੀਮਾ ਨੇ ਨਕੋਦਰ ਬੇਅਦਬੀ ਕਾਂਡ ਦੀ ਗੱਲ ਉਦੋਂ ਚੁੱਕੀ ਜਦੋਂ ਉਹ ਦਿੱਲੀ ਦੰਗਿਆਂ ਬਾਰੇ ਗੱਲ ਕਰ ਰਹੇ ਸਨ ਕਿ ਉੱਥੇ ਕੁਰਾਨ ਸ਼ਰੀਫ ਅਤੇ ਮਸਜਿਦਾਂ ਦੀ ਬੇਅਦਬੀ ਕੀਤੀ ਗਈ ਸੀ। ਡਾਕਟਰ ਚੀਮਾ ਨੇ ਕਿਹਾ ਕਿ ਭਾਰਤ ਵਿੱਚ ਘੱਟ ਗਿਣਤੀਆਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੋਈ ਪਹਿਲੀ ਵਾਰ ਨਹੀਂ ਹੋਈ, ਸਗੋਂ 34 ਸਾਲ ਪਹਿਲਾਂ ਭਾਰਤੀ ਪੰਜਾਬ ਦੇ ਕਸਬਾ ਨਕੋਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 5 ਬੀੜਾਂ ਸਾੜ ਦਿੱਤੀਆਂ ਗਈਆਂ ਸਨ ਅਤੇ ਰੋਸ ਪ੍ਰਗਟ ਕਰ ਰਹੇ ਸਿੱਖਾਂ ਉੱਪਰ ਪੰਜਾਬ ਪੁਲਿਸ ਨੇ ਅੰਨੇਵਾਹ ਗੋਲੀਆਂ ਚਲਾਈਆਂ ਸਨ। ਇਸ ਗੋਲੀਕਾਂਡ ਵਿੱਚ 4 ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿੱਚ ਰਵਿੰਦਰ ਸਿੰਘ ਲਿੱਤਰਾ, ਬਲਦੀਪ ਸਿੰਘ ਰਾਮਗੜ੍ਹ, ਚਿਲਮਲ ਸਿੰਘ ਗੌਰਸੀਆਂ ਅਤੇ ਹਰਮਿੰਦਰ ਸਿੰਘ ਚੂਲਪੁਰ ਸ਼ਾਮਲ ਸਨ। Which has been challenged, by the way, in the Supreme Court of India by the citizens of India as unconstitutional, because it is a clear violation of India's own constitution, Article 14 and 15, which guarantees equal protection of all, and Article 15 of the India's constitution prevents discrimination based on religion. I want to bring it to your attention that in 2017, the United States Commission on International Religious Freedom, which is an arm of the US State Department, published my special report on India. ਇਸ ਗੋਲੀਕਾਂਡ ਵਿੱਚ ਸ਼ਹੀਦ ਹੋਏ ਰਵਿੰਦਰ ਸਿੰਘ ਲਿੱਤਰਾ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਹ 34 ਸਾਲਾਂ ਤੋਂ ਇਨਸਾਫ ਦੀ ਮੰਗ ਕਰਦੇ ਆ ਰਹੇ ਹਨ। ਉਹਨਾਂ ਦੱਸਿਆ ਕਿ 1986 ਵਿੱਚ ਜਦੋਂ ਘਟਨਾ ਵਾਪਰੀ ਸੀ, ਉਸ ਵੇਲੇ ਜਲੰਧਰ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਸਨ, ਜਿਨ੍ਹਾਂ ਕੋਲ ਡਿਪਟੀ ਕਮਿਸ਼ਨਰ ਦੀਆਂ ਤਾਕਤਾਂ ਵਰਤਣ ਦਾ ਅਧਿਕਾਰ ਸੀ, ਅਤੇ ਉਸ ਵੇਲੇ SSP ਇਜ਼ਹਾਰ ਆਲਮ ਸਨ। ਹੁਣ ਇਹ ਦੋਵੇਂ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਵੱਡੇ ਅਹੁਦਿਆਂ ਤੇ ਬਿਰਾਜਮਾਨ ਹਨ। ਬਲਦੇਵ ਸਿੰਘ ਲਿੱਤਰਾ ਨੇ ਦੱਸਿਆ ਕਿ ਅਮਰੀਕਾ ਵਿੱਚ ਫਰਵਰੀ ਮਹੀਨੇ ਵਿੱਚ 4 ਸ਼ਹਿਰਾਂ ਵਿੱਚ ਨਕੋਦਰ ਬੇਅਦਬੀ ਕਾਂਡ ਦੀ ਗੰਭੀਰਤਾ ਨਾਲ ਚਰਚਾ ਕੀਤੀ ਗਈ ਸੀ। ਫ੍ਰੀਮੌਂਟ ਗੁਰਦੁਆਰਾ ਸਾਹਿਬ ਅਮਰੀਕਾ ਬੇ ਏਰੀਆ ਅਤੇ ਸਟੈਨਫੋਰਡ ਯੂਨੀਵਰਸਿਟੀ ਸਿੱਖ ਕਾਲਰ ਕਾਨਫਰੰਸ ਅਮਰੀਕਨ ਸਿੱਖ ਵਿਦਿਆਰਥੀ ਜਥੇਬੰਦੀ ਜੈਕਾਰਾ ਵੱਲੋਂ ਸਮਾਗਮ ਕਰਵਾਏ ਗਏ ਸਨ। ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ 1986 ਵਿੱਚ ਵਾਪਰੇ ਨਕੋਦਰ ਗੋਲੀਕਾਂਡ ਦੀ ਰਿਪੋਰਟ ਵਿਧਾਨ ਸਭਾ ਵਿੱਚ ਰੱਖਣ। ਉਹਨਾਂ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਚੋਣਾਂ ਤੋਂ ਬਾਅਦ ਇਸ ਮਸਲੇ ਤੇ ਕਾਰਵਾਈ ਕਰਨਗੇ। ਦੱਸ ਦਈਏ ਕਿ 1986 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਮੁੱਖ ਮੰਤਰੀ ਹੁੰਦਿਆਂ ਹੋਇਆਂ ਸੁਰਜੀਤ ਸਿੰਘ ਬਰਨਾਲਾ ਨੇ ਇਸ ਘਟਨਾ ਦੀ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਸੀ, ਜਿਸ ਨੇ ਆਪਣੀ ਰਿਪੋਰਟ 2 ਹਿੱਸਿਆਂ ਵਿੱਚ ਸਰਕਾਰ ਨੂੰ ਪੇਸ਼ ਕਰ ਦਿੱਤੀ ਸੀ, ਪਰ ਹਾਲੇ ਤੱਕ ਇਸ ਰਿਪੋਰਟ ਤੇ ਕੋਈ ਕਾਰਵਾਈ ਨਹੀਂ ਹੋਈ। ਬਲਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪਿੰਡ ਵਿੱਚ ਲੰਘੀ 9 ਫਰਵਰੀ ਨੂੰ 4 ਸਿੱਖ ਨੌਜਵਾਨਾਂ ਦੀ 54ਵੀਂ ਬਰਸੀ ਮਨਾਈ ਸੀ। ਪਿੰਡ ਵਾਲਿਆਂ ਨੇ ਵੀ ਮੰਗ ਕੀਤੀ ਸੀ ਕਿ ਇਸ ਮਾਮਲੇ ਦੀ ਜਾਂਚ ਵੀ ਬਰਗਾੜੀ ਬੇਅਦਬੀ ਕਾਂਡ ਵਾਂਗ ਕਰਵਾਈ ਜਾਵੇ। ਦੱਸ ਦਈਏ ਕਿ ਸਾਲ 2001 ਵਿੱਚ ਮੁੱਖ ਮੰਤਰੀ ਰਹਿੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਇਸ ਰਿਪੋਰਟ ਦਾ ਇੱਕ ਹਿੱਸਾ ਸਦਨ ਵਿੱਚ ਰੱਖਿਆ ਸੀ, ਪਰ ਇਸ ਬਾਰੇ 116 ਵਿਧਾਇਕ ਅਣਜਾਣ ਸਨ। ਪੇਸ਼ ਕੀਤੀ ਗਈ ਅਧੂਰੀ ਰਿਪੋਰਟ ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਬਾਅਦ ਗਏ ਮੈਂ ਉਹਨਾਂ ਨੂੰ ਕਿਹਾ ਮੈਂ ਮੇਰੇ ਬੇਟੇ ਦੀ ਮੈਨੂੰ ਲਾਸ਼ ਦੇ ਦਿਓ, ਤੁਸੀਂ ਇੱਦਾਂ ਕਿਉਂ ਕਰਦੇ? ਅਸੀਂ ਆ ਗਏ, ਮੁੰਡੇ ਵੀ ਜਦੋਂ ਜਲੰਧਰੋਂ ਤੁਰ ਪਏ, ਫੈਡਰੇਸ਼ਨ ਵਾਲੇ ਵੀ, ਉਹਨਾਂ ਦੀਆਂ ਵੀ ਲਾਸ਼ਾਂ ਉਹਨਾਂ ਨੂੰ ਦੇ ਦਿਓ। ਸਾਰਿਆਂ ਦਾ ਪਤਾ ਲੱਗ ਗਿਆ, ਸਾਨੂੰ ਇਕੱਲੇ ਇਕੱਲੇ ਬੰਦੇ ਦੇ ਨਾਂ ਦਾ ਪਤਾ ਲੱਗ ਗਿਆ, ਪਰ ਕਿਸੇ ਨੂੰ ਸਾਡੀ ਅੱਖ ਨਹੀਂ ਸੁਣੀ। ਜਦੋਂ ਉਹਨਾਂ ਨੇ ਲਾਸ਼ਾਂ ਲਿਆ ਕੇ ਲਾਸ਼ਾਂ ਨੂੰ ਸੰਸਕਾਰ ਕਰਤਾ, ਫਿਰ ਉਹਨਾਂ ਨੂੰ ਬਟਾਲਾ, ਉਹਨਾਂ ਨੂੰ ਵੀ ਆਉਣ ਦੇ ਦਿੱਤਾ, ਮਾਨੋ ਸਾਹਿਬ ਨੂੰ ਵੀ ਆ ਲੈਣ ਦਿੱਤਾ, ਮੈਨੂੰ ਵੀ ਥਾਣੇ, ਮੈਂ ਵੀ ਥਾਣੇ ਚਲੇ ਗਿਆ। ਕੇਸ ਦੀ ਗੱਲ ਇੱਧਰ ਸੀ, ਉਦੋਂ ਅਸੀਂ ਉਹਦੀ ਜੁਡੀਸ਼ੀਅਲ ਇਨਕੁਆਇਰੀ ਦੀ ਡਿਮਾਂਡ ਕੀਤੀ ਸੀ, ਸਾਨੂੰ ਇੰਨਾ ਪਤਾ ਨਹੀਂ, ਅਸੀਂ ਕਿਹਾ ਜੁਡੀਸ਼ੀਅਲ ਇਨਕੁਆਇਰੀ ਦੀ ਜੋ ਵੀ ਰਿਪੋਰਟ ਆਊਗੀ ਉਸ ਤੋਂ ਬਾਅਦ ਅਸੀਂ ਜੋ ਵੀ ਕੁਛ ਕਰਾਂਗੇ। ਅਤੇ ਜੁਡੀਸ਼ੀਅਲ ਜਿਹੜੀ ਇਨਕੁਆਇਰੀ ਸੀ ਉਹਦਾ ਉਸ ਵੇਲੇ ਦੀ ਜਿਹੜੀ ਫੈਡਰੇਸ਼ਨ ਸੀ ਉਹਨੇ ਬਾਈਕਾਟ ਕਰ ਦਿੱਤਾ, ਫਿਰ ਸਾਨੂੰ ਵੀ ਉਹਨਾਂ ਦੇ ਨਾਲ ਖੜਨਾ ਪਿਆ, ਕਹਿ ਲਓ ਜਾਂ ਕਿਵੇਂ ਵੀ, ਅਤੇ ਅਸੀਂ ਕੋਰਟ 'ਚ ਨਹੀਂ ਗਏ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।